ਗੱਲਬਾਤ ਕਰਦੇ ਨੇ ਅਤੇ ਫਿਰ ਕੋਈ ਨਾ ਕੋਈ ਸਟੂਡੈਂਟ ਜਿਹਨਾਂ ਦੀ ਪਹਿਲਾਂ ਮਦਦ ਕੀਤੀ ਹੁੰਦੀ ਆ ਉਹ ਮੇਰੇ ਨਾਲ ਦੱਸ ਦਿੰਦੇ ਆ ਅਤੇ ਮੈਂ ਉਹਨਾਂ ਨੂੰ ਟ੍ਰੀਟ ਕਰਦਾ ਜਿਸ ਤਰ੍ਹਾਂ ਵੀ ਉਹਨਾਂ ਦੇ ਪੇਰੈਂਟਸ ਨੂੰ ਦੱਸ ਸਮਝਾਉਂਦੇ ਆ ਉਸ ਤਰ੍ਹਾਂ ਮੈਂ ਉਹਨਾਂ ਨਾਲ ਕਰਦਾ। ਅਮੈਰੀਕਾ ਆਉਂਦਿਆਂ ਹੀ ਕੋਈ ਕੰਮ ਨਹੀਂ ਹੈ, ਜਿਹੜਾ ਵੀ ਕੰਮ ਤੁਹਾਨੂੰ ਮਿਲਦਾ ਛੋਟਾ ਮਿਲਦਾ ਬੜਾ ਮਿਲਦਾ, ਭੇਤ ਪਾਲਣ ਲਈ ਤੁਹਾਨੂੰ ਕੰਮ ਕਰਨਾ ਪੈਂਦਾ। ਮਹੀਨੇ ਦੇ ਵਿੱਚ ਇੱਕ ਦਿਨ ਅਸੀਂ ਸਾਰੇ ਇਕੱਠੇ ਹੋਇਆ ਕਰੀਏ, ਨਾਲੇ ਵਾਹਿਗੁਰੂ ਵਾਹਿਗੁਰੂ ਕਰਾਂਗੇ, ਨਾਲੇ ਲੰਗਰ ਛਕਾਂਗੇ, ਉੱਥੋਂ ਅਸੀਂ ਸ਼ੁਰੂ ਹੋਏ ਹਾਂ। ਕੋਈ $2 ਪਾ ਦਿੰਦਾ ਸਾਂ, ਕੋਈ $4 ਪਾ ਦਿੰਦਾ ਸਾਂ, ਹਰੇਕ ਹਫ਼ਤੇ $10-15 ਅਸੀਂ ਜਮ੍ਹਾਂ ਕਰਦੇ ਸੀ ਗੁਰੂ ਘਰ ਬਣਾਉਣ ਲਈ। ਜਿਸ ਵੇਲੇ ਅਸੀਂ ਇੱਥੇ ਰਹਿੰਦੇ ਸੀ ਅਸੀਂ ਚਿੱਠੀ ਪਾਉਣੀ ਤਾਂ 6 ਮਹੀਨਿਆਂ 'ਚ ਇੱਕ ਚਿੱਠੀ ਦਾ ਜਵਾਬ ਵਾਪਸ ਆਉਂਦਾ ਸੀ। ਚਿੱਠੀ ਪਹੁੰਚਣੀ ਅਤੇ ਪਤਾ ਲੱਗਣਾ ਵੀ ਉਹਨੇ ਲਿਖਣਾ ਤੁਹਾਡਾ ਇਹ ਬਜ਼ੁਰਗ ਜਾਂ ਆਹ ਮਾਤਾ ਇਸ ਦੁਨੀਆਂ 'ਤੇ ਨਹੀਂ ਰਹੀ, ਤਾਂ ਉਹ ਵੀ 6 ਮਹੀਨਿਆਂ ਬਾਅਦ ਪਤਾ ਲੱਗਦਾ ਸੀਗਾ। ਨਿਊਜ਼ 18 ਪੰਜਾਬ 'ਤੇ ਅੱਜ ਤੁਹਾਡੀ ਮੁਲਾਕਾਤ ਇੱਕ ਐਸੇ ਪਰਿਵਾਰ ਨਾਲ ਕਰਾ ਰਹੇ ਹਾਂ ਜਿਹੜੇ ਬੇਸ਼ੱਕ ਅਮੈਰੀਕਾ ਵਿੱਚ ਪਿਛਲੇ 50 ਸਾਲ ਤੋਂ ਉੱਪਰ ਦੀ ਬੱਸੇ ਹੋਏ ਨੇ, ਲੇਕਿਨ ਆਪਣੇ ਜਿਹੜੇ ਰੂਟਸ ਹੈਗੇ ਉਹਨਾਂ ਨੂੰ ਇਹਨਾਂ ਨੇ ਨਹੀਂ ਛੱਡਿਆ। ਯੂਨੀਵਰਸਿਟੀ ਆਫ ਕੈਨਸਸ ਇੱਕ ਬਹੁਤ ਵੱਡਾ ਐਜੂਕੇਸ਼ਨਲ ਇੰਸਟੀਚਿਊਟ ਹੈਗਾ ਕੈਨਸਸ ਦੇ ਵਿੱਚ, ਉੱਥੇ ਹਰ ਸਾਲ ਹਜ਼ਾਰਾਂ ਦੀ ਤਾਦਾਦ ਵਿੱਚ ਹਿੰਦੁਸਤਾਨ ਦੇ ਅਲੱਗ ਅਲੱਗ ਇਲਾਕੋਂ ਤੋਂ ਅਤੇ ਪੰਜਾਬ ਤੋਂ ਸਟੂਡੈਂਟਸ ਆਉਂਦੇ ਨੇ, ਲੇਕਿਨ ਉਹ ਸਟੂਡੈਂਟਸ ਆਪਣੇ ਪਰਿਵਾਰ ਨੂੰ ਜਦੋਂ ਪਿੱਛੇ ਛੱਡ ਕੇ ਆਉਂਦੇ ਨੇ, ਇੱਕ ਇਹੋ ਜਿਹਾ ਪਰਿਵਾਰ ਉਹਨਾਂ ਨੂੰ ਇੱਥੇ ਮਿਲਦਾ ਹੈ ਜਿਹੜਾ ਉਹਨਾਂ ਨੂੰ ਆਪਣੇਪਨ ਦਾ ਅਹਿਸਾਸ ਦਿਲਾਉਂਦਾ ਹੈ ਅਤੇ ਇੱਥੇ ਉਹਨਾਂ ਨੂੰ ਆਪਣੇ ਮਾਂ ਪਿਓ ਨੂੰ ਮਿਸ ਕਰਨ ਦਾ ਮੌਕਾ ਨਹੀਂ ਦਿੰਦਾ। ਅਸੀਂ ਅੱਜ ਸਾਡੇ ਨਾਲ ਸਰਦਾਰ ਕਰਨੈਲ ਸਿੰਘ ਡੁਲਕੂ ਅਤੇ ਉਹਨਾਂ ਦੀ ਵਾਈਫ ਦਰਸ਼ਨ ਕੌਰ ਡੁਲਕੂ ਜੁੜੇ ਹੋਏ ਨੇ। ਸਰ, ਤੁਸੀਂ ਪਿਛਲੇ 50 ਸਾਲ ਤੋਂ ਉੱਪਰ ਦੀ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਵਿੱਚ ਬੱਸੇ ਹੋਏ ਹੋ, ਲੇਕਿਨ ਪਿੱਛੋਂ ਤੁਸੀਂ ਕਹਾਮਾ ਪਿੰਡ ਦੇ ਹੋ, ਰੂਟਸ ਤੁਸੀਂ ਆਪਣੇ ਨਹੀਂ ਛੱਡੇ। ਮੈਂ ਕਈ ਵਾਰ ਐਸੇ ਸਟੂਡੈਂਟਸ ਨਾਲ ਮਿਲਿਆ ਹੋਇਆ, ਉਹਨਾਂ ਨੂੰ ਦੇਖਿਆ ਹੋਇਆ ਜਿਨ੍ਹਾਂ ਨੂੰ ਤੁਸੀਂ ਪੇਰੈਂਟਸ ਦੀ ਤਰ੍ਹਾਂ ਇੱਥੇ ਟ੍ਰੀਟ ਕੀਤਾ, ਕਿਉਂਕਿ ਬੱਚੇ ਜਦੋਂ ਆਪਣੇ ਪੇਰੈਂਟਸ ਆਪਣੀ ਫੈਮਿਲੀ ਉੱਥੇ ਛੱਡ ਕੇ ਆਉਂਦੇ ਨੇ, ਇੱਕ ਸੱਤ ਸਮੁੰਦਰ ਪਾਰ ਇੱਥੇ ਆਉਂਦੇ ਨੇ। ਅਗਰ ਉੱਥੇ ਕਿਸੇ ਨੂੰ ਪੁੱਛਿਆ ਜਾਂਦਾ ਕਿ ਕਿਸ ਦੇ ਕੋਲ ਜਾਇਆ ਜਾਏ, ਤਾਂ ਤੁਹਾਡਾ ਐਡਰੈਸ ਦਿੱਤਾ ਜਾਂਦਾ ਕਰਨੈਲ ਸਿੰਘ ਡੁਲਕੂ ਕੋਲ ਜਾਇਆ ਜਾਏ, ਅਤੇ ਅੱਜ ਜਦੋਂ ਤੁਸੀਂ ਪਿੱਛੇ ਦੇਖਦੇ ਹੋ ਕਿ ਇੰਨੇ ਸਟੂਡੈਂਟ ਹਜ਼ਾਰਾਂ ਦੀ ਤਾਦਾਦ ਅਤੇ ਸਟੂਡੈਂਟਸ ਦੀ ਤੁਸੀਂ ਪਿਛਲੇ 50 ਸਾਲ 'ਚ ਹੈਲਪ ਕੀਤੀ ਹੈ, ਉਹਨਾਂ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ, ਤਾਂ ਕਿਸ ਤਰ੍ਹਾਂ ਦਾ ਫੀਲ ਹੁੰਦਾ ਸਰ? ਦੇਖੋ, ਜਿਹੜੇ ਬੱਚੇ ਇੰਡੀਆ ਤੋਂ ਇੱਥੇ ਆਉਂਦੇ ਆ ਉਹਨਾਂ ਨੂੰ ਕਾਫੀ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ, ਅਤੇ ਜਦੋਂ ਉਹ ਬੱਚੇ ਜਿਹੜੇ ਆ ਉੱਥੇ ਤਕਲੀਫਾਂ ਦੀ ਉਹ ਨਾਲ ਦੇ ਜਿਹੜੇ ਸਟੂਡੈਂਟਸ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ, ਅਤੇ ਫਿਰ ਕੋਈ ਨਾ ਕੋਈ ਸਟੂਡੈਂਟ ਜਿਨ੍ਹਾਂ ਦੀ ਪਹਿਲਾਂ ਮਦਦ ਕੀਤੀ ਹੁੰਦੀ ਆ ਉਹ ਮੇਰੇ ਨਾਲ ਦੱਸ ਦਿੰਦੇ ਆ, ਅਤੇ ਮੈਂ ਉਹਨਾਂ ਨੂੰ ਟ੍ਰੀਟ ਕਰਦਾ ਜਿਸ ਤਰ੍ਹਾਂ ਵੀ ਉਹਨਾਂ ਦੇ ਪੇਰੈਂਟਸ ਨੂੰ ਦੱਸ ਸਮਝਾਉਂਦੇ ਆ ਉਸ ਤਰ੍ਹਾਂ ਮੈਂ ਉਹਨਾਂ ਨਾਲ ਕਰਦਾ। ਤੁਸੀਂ ਥੋੜ੍ਹਾ ਆਪਣੀ ਲਾਈਫ ਦੀ ਜਰਨੀ ਦੱਸੋਗੇ, ਕਿਸ ਤਰ੍ਹਾਂ ਕਹਾਮਾ ਇੱਕ ਛੋਟਾ ਜਿਹਾ ਪਿੰਡ ਹੈਗਾ ਨਵਾਂ ਸ਼ਹਿਰ ਜਲੰਧਰ ਦੇ ਨਾਲ, ਉੱਥੋਂ ਤੁਸੀਂ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਵਿੱਚ ਆਏ, ਇੱਥੇ ਕੈਨਸਸ ਵਿੱਚ ਆਪਣਾ
ਨਾਂ ਜਿਹੜਾ ਉਹ ਤੁਸੀਂ ਬਣਾਇਆ, ਕਿਉਂਕਿ ਇੱਥੇ ਕੈਂਸਸ ਵਿੱਚ ਕਮਿਊਨਿਟੀ ਵਿੱਚ ਕਿਤੇ ਵੀ ਨਾਲ ਹੋ, ਚਾਹੇ ਉਹ ਸਿੱਖ ਕਮਿਊਨਿਟੀ ਦੇ ਮੈਂਬਰਸ ਹੋਣ, ਹਿੰਦੂ ਕਮਿਊਨਿਟੀ ਦੇ ਮੈਂਬਰ ਹੋਣ, ਅਤੇ ਅਗਰ ਕਿਸੇ ਨੂੰ ਵੀ ਪੁੱਛਿਆ ਜਾਏ ਕਿ ਤੁਹਾਨੂੰ ਇੱਥੇ ਹੈਲਪ ਕਿਹਦੇ ਕੋਲੋਂ ਮਿਲੇਗੀ, ਅਤੇ ਨਾਂ ਲਿਆ ਜਾਂਦਾ ਕਰਨੈਲ ਸਿੰਘ ਡੁਲਕੂ ਦਾ, ਉਸ ਪੂਰੀ ਜਿਹੜਾ ਤੁਹਾਡਾ ਸਫ਼ਰ ਆ ਉਹਦੇ ਬਾਰੇ ਕੁਝ ਦੱਸੋਗੇ? ਮੈਂ 1964 ਵਿੱਚ ਇੰਡੀਆ ਤੋਂ ਪਹਿਲਾਂ ਇੰਗਲੈਂਡ ਆਇਆ। ਇੰਗਲੈਂਡ ਆ ਕੇ ਇੱਕ ਕੰਪਨੀ 'ਚ ਕੰਮ ਕੀਤਾ। ਕੰਪਨੀ 'ਚੋਂ ਕੰਮ ਕਰਨ ਤੋਂ ਬਾਅਦ ਜਿਸ ਤਰ੍ਹਾਂ ਮੈਂ ਉੱਥੇ ਰਿਹਾ, ਉਹ ਇਸੇ ਤਰ੍ਹਾਂ ਸੀ ਕਿ ਬਹੁਤ ਛੋਟੀ ਕਮਿਊਨਿਟੀ ਸੀਗੀ, ਅਤੇ ਮੈਂ ਵੀ ਕਿਸੇ ਤੋਂ ਮਦਦ ਲਈ, ਉਹਨੇ ਮੇਰੇ ਨਾਲ ਵੀ ਇੰਨਾ ਪਿਆਰ ਕੀਤਾ। ਉਸ ਵੇਲੇ ਉੱਥੇ ਥੋੜ੍ਹੇ ਬਜ਼ੁਰਗ ਸੇ, ਬੱਚਾ ਨਾ ਸੀ ਕੋਈ ਵੀ, ਹੈ ਮੇਰਾ ਹਾਣੀ ਕੋਈ ਨਾ ਸੀ ਹੈ। ਸੋ ਉਹਨਾਂ ਨੇ ਮੇਰੀ ਮਦਦ ਕੀਤੀ, ਮੇਰਾ ਵੀ ਦਿਲ ਹੁਣ ਕਰਦਾ ਵੀ ਮੈਂ ਕਿਸੇ ਦੀ ਮਦਦ ਕਰਾਂ। ਅਤੇ ਦਸ ਕੁ ਸਾਲ ਦੇ ਤਕਰੀਬ ਮੈਂ ਇੰਗਲੈਂਡ ਵਿੱਚ ਰਿਹਾ। ਉਹ ਤੋਂ ਬਾਅਦ ਮੈਂ ਅਬਾਊਟ 76 ਵਿੱਚ ਮੈਂ ਅਮੈਰੀਕਾ ਆਇਆ। ਅਮੈਰੀਕਾ ਆਉਂਦਿਆਂ ਹੀ ਕੋਈ ਕੰਮ ਨਹੀਂ ਹੈ, ਜਿਹੜਾ ਵੀ ਕੰਮ ਤੁਹਾਨੂੰ ਮਿਲਦਾ, ਛੋਟਾ ਮਿਲਦਾ, ਬੜਾ ਮਿਲਦਾ, ਪੇਟ ਪਾਲਣ ਨੂੰ ਤੁਹਾਨੂੰ ਕੰਮ ਕਰਨਾ ਪੈਂਦਾ। ਅਤੇ ਉਹ ਤੋਂ ਬਾਅਦ ਮੈਂ ਨਿਊਯਾਰਕ ਤੋਂ ਕੈਂਸਰ ਸਿਟੀ ਆਇਆ, ਕਿਉਂਕਿ ਇਸ ਜਗ੍ਹਾ ਇੱਕ ਛੋਟੀ ਜਿਹੀ ਰੂਟ ਸਾਡੀ ਪਹਿਲਾਂ ਸੀ, ਮੇਰੇ ਭਰਾ ਦਾ ਇੱਕ ਰੈਸਟੋਰੈਂਟ ਹਿੱਸਾ ਸੀਗਾ, ਜਿਸ ਨੇ ਮੈਨੂੰ ਹੁਣ ਇੱਥੇ ਭੇਜਿਆ ਕੰਮ ਕਰਨ ਲਈ ਐਜ਼ ਏ ਵਟ ਐਵਰ ਇਨ ਅ ਰੈਸਟੋਰੈਂਟ ਵਰਕ। ਅਤੇ ਉਸ ਵੇਲੇ ਕੈਂਸਰ ਸਿਟੀ ਦੇ ਵਿੱਚ ਤਕਰੀਬਨ ਪੰਜਾਬੀ ਜਿਹੜੀਆਂ ਫੈਮਿਲੀਆਂ ਸੀਆਂ 5-6 ਸੀਆਂ, ਜਿਨ੍ਹਾਂ ਦੇ ਵਿੱਚ ਇੱਕ ਲੇਡੀ ਸੀ, ਬਾਕੀ ਸਾਰੇ ਆਦਮੀ ਸੀਗੇ। ਅਤੇ ਫਿਰ ਉਹ ਰੈਸਟੋਰੈਂਟ ਦੇ ਵਿੱਚ ਮੇਰਾ ਜਾਣ ਕਰਕੇ ਉਹ ਮੇਰੇ ਨਾਲ ਕੋਨੈਕਟ ਹੋ ਗਏ, ਅਤੇ ਅਸੀਂ ਇਕੱਠੇ ਬੈਠਣਾ ਸ਼ੁਰੂ ਕੀਤਾ। ਅਤੇ ਹੌਲੀ ਹੌਲੀ ਜਿਹੜਾ ਕਮਿਊਨਿਟੀ ਦੇ ਜਿਹੜਾ ਕੰਮ ਹੁੰਦੇ ਆ, ਉਸ ਵਕਤ ਜਦੋਂ ਤੁਸੀਂ ਆਏ ਸੀ ਤੇ ਕਮਿਊਨਿਟੀ ਕਾਫੀ ਛੋਟੀ ਰਹੀ ਹੋਏਗੀ, ਬਹੁਤ ਛੋਟੀ। ਉਸ ਕਮਿਊਨਿਟੀ ਨੂੰ ਇਕੱਠਾ ਕਰਕੇ, ਕਿਉਂਕਿ ਇੱਥੇ ਮੈਂ ਜਦੋਂ ਲੋਕਾਂ ਨਾਲ ਗੱਲ ਕੀਤੀ ਹੈ ਤੇ ਸਾਰਿਆਂ ਨੇ ਮੈਨੂੰ ਦੱਸਿਆ ਕਿ ਕਮਿਊਨਿਟੀ ਨੂੰ ਅਗਰ ਇਕੱਠਾ ਕਿਸੇ ਨੇ ਕੀਤਾ, ਇਕੱਠਾ ਰੱਖਿਆ, ਤੇ ਉਹ ਕਰਨੈਲ ਸਿੰਘ ਡੁਲਕੂ ਹੈਗੇ। ਪਹਿਲੇ ਤੁਸੀਂ ਗੁਰਦੁਆਰੇ ਦੀ ਜਿਹੜਾ ਇੱਥੇ ਜਿਸ ਤਰ੍ਹਾਂ ਕਮਿਊਨਿਟੀ ਸੈਂਟਰ ਸੀ ਸਿੱਖਾਂ ਦੇ, ਉਹ ਇਕੱਠੇ ਕੀਤੇ, ਉਹਦੀ ਜਰਨੀ ਦੇ ਬਾਰੇ ਕੁਝ ਦੱਸੋਗੇ? ਇਹਦੇ ਜਦੋਂ ਅਸੀਂ ਇੱਥੇ 5-6 ਫੈਮਿਲੀਆਂ ਸੀਆਂ, ਅਤੇ ਉਹਨਾਂ ਦੇ ਵਿੱਚ ਇੱਕ ਹੀ ਲੇਡੀ ਸੀ, ਉਹ ਸਾਰਿਆਂ ਲਈ ਖਾਣਾ ਵੀ ਨਹੀਂ ਬਣਾ ਸਕਦੀ ਸੀ। ਮੈਂ ਰੈਸਟੋਰੈਂਟ ਸੀਗਾ, ਅਤੇ ਮੈਂ ਕਿਹਾ ਵੀ ਇੱਕ ਦਿਨ ਅਸੀਂ ਐਟਲੀਸਟ, ਉਸ ਵਕਤ ਗੁਰਦੁਆਰਾ ਨਹੀਂ ਸੀ ਕੋਈ ਗੁਰਦੁਆਰਾ ਨਹੀਂ ਹੈ, ਇੱਕ ਦਿਨ ਅਸੀਂ ਇਕੱਠੇ ਹੋਇਆ ਕਰੀਏ, ਅਤੇ ਉਹਦੇ ਵਿੱਚ ਅਸੀਂ ਕੋਈ ਸਲਾਹ ਕਰੀਏ ਵੀ ਕੀ ਕਰਨਾ, ਕਿੱਦਾਂ ਕਰਨਾ, ਅਤੇ ਕੁਛ ਆਪਣੀ ਕਮਿਊਨਿਟੀ ਦਾ ਕਰ ਸਕੀਏ। ਅਤੇ ਫਿਰ ਅਸੀਂ ਸ਼ੁਰੂ ਕੀਤਾ ਵੀ ਇੱਕ ਮਹੀਨੇ ਦੇ ਵਿੱਚ ਇੱਕ ਦਿਨ ਅਸੀਂ ਸਾਰੇ ਇਕੱਠੇ ਹੋਇਆ ਕਰੀਏ, ਨਾਲੇ ਵਾਹਿਗੁਰੂ ਵਾਹਿਗੁਰੂ ਕਰਾਂਗੇ, ਨਾਲੇ ਲੰਗਰ ਛਕਾਂਗੇ। ਉੱਥੋਂ ਅਸੀਂ ਸ਼ੁਰੂ ਹੋਏ ਹਾਂ। ਕੋਈ ਉਹਨਾਂ ਦਿਨਾਂ ਤਾਂ ਪੈਸੇ ਵੀ ਇੰਨੇ ਨਹੀਂ ਸੀ ਮਿਲਦੇ, ਕੋਈ $2 ਪਾ ਦਿੰਦਾ ਸਾ, ਕੋਈ $4 ਪਾ ਦਿੰਦਾ ਸਾ। ਹਰੇਕ ਹਫ਼ਤੇ $10-15 ਅਸੀਂ ਜਮ੍ਹਾਂ ਕਰਦੇ ਸੀ ਗੁਰੂ ਘਰ ਬਣਾਉਣ ਲਈ। ਉਹ ਤੋਂ ਬਾਅਦ 2-4 ਫੈਮਿਲੀਆਂ ਹੋਰ ਆ ਗਈਆਂ, ਉਹ ਸਾਰੇ ਸਾਡੇ ਨਾਲ ਮਿਲ ਕੇ ਅਸੀਂ ਫਿਰ ਇੱਕ ਮਹੀਨੇ ਦੇ ਵਿੱਚ ਇੱਕ ਵਾਰੀ ਇੱਕ ਛੋਟਾ ਜਿਹਾ ਕਮਰਾ ਕਿਰਾਏ 'ਤੇ ਲੈ ਕੇ ਉੱਥੇ ਗੁਰੂ ਸੰਗਤ ਕਰਨੀ ਸ਼ੁਰੂ ਕੀਤੀ। ਪਰ ਸਾਡੇ ਪਾਸ ਕੋਈ ਵੀ ਭਾਈ ਸਾਹਿਬ ਜਾਂ ਕੋਈ ਕੀਰਤਨ ਕਰਨ ਵਾਲਾ ਨਹੀਂ ਸੀਗਾ। ਉਸ ਤੋਂ ਬਾਅਦ ਇੱਕ ਪਰਿਵਾਰ ਐਸਾ ਆਇਆ ਜਿਹੜੇ ਕੀਰਤਨ ਕਰਨ ਜਾਣਦੇ ਸੀਗੇ, ਫਿਰ ਉਹ ਸਾਡੇ ਨਾਲ ਜੁੜ ਗਏ, ਫਿਰ ਹੋਰ ਵੀ ਮਦਦ ਹੋ ਗਈ। ਅਤੇ ਅੱਜ ਫਿਰ 2 ਗੁਰਦੁਆਰੇ ਹੈਗੇ ਇੱਥੇ ਕੈਂਸਰ ਵਿੱਚ। ਕਿਸ ਤਰ੍ਹਾਂ ਲੱਗਦਾ ਉਹ ਜਿਹੜੀ 50 ਸਾਲ ਦਾ ਪਹਿਲਾ ਸਫ਼ਰ, ਜਿਹੜਾ ਇੱਕ ਛੋਟੇ ਜਿਹੇ ਕਮਰੇ ਤੋਂ ਤੁਸੀਂ
ਸ਼ੁਰੂ ਕੀਤਾ ਕਮਿਊਨਿਟੀ ਦੇ 4-5 ਫੈਮਿਲੀਜ਼ ਲੈ ਕੇ, ਅੱਜ ਇੰਨੀ ਕਮਿਊਨਿਟੀ ਫੈਲ ਗਈ ਹੈ ਕਿ 2 ਗੁਰਦੁਆਰਿਆਂ ਦੀ ਲੋੜ ਪੈ ਗਈ। ਕਿਸ ਤਰ੍ਹਾਂ ਲੱਗਦਾ ਉਹ ਸਫ਼ਰ ਤੁਹਾਨੂੰ? ਦੇਖੋ ਸਫ਼ਰ ਇਸ ਤਰ੍ਹਾਂ ਆਇਆ ਵੀ ਜਦੋਂ ਅਸੀਂ ਪਹਿਲਾ ਗੁਰਦੁਆਰਾ ਬਣਾਇਆ ਉਹਦੇ ਲਈ ਅਸੀਂ ਜ਼ਮੀਨ ਖਰੀਦੀ ਸੀ 3 ਏਕੜ। 3 ਏਕੜ ਜ਼ਮੀਨ ਲਈ ਸਾਨੂੰ ਪੈਸੇ ਚਾਹੀਦੇ ਜਿਹੜੇ $40,000-50,000 ਸੀਗਾ, ਪਰ ਵਾਹਿਗੁਰੂ ਨੇ ਮਦਦ ਕੀਤੀ ਸਾਡੇ ਪਾਸ ਉਸ ਵੇਲੇ ਤਕਰੀਬਨ $18,500 ਸੀਗਾ, ਅਤੇ ਜਗ੍ਹਾ ਦੇਖ ਲਈ, ਜਾ ਕੇ ਗੱਲ ਕਰ ਲਈ ਵੀ ਜੇ ਸਾਨੂੰ ਇੱਥੇ ਗੁਰੂ ਘਰ ਬਣਾਉਣ ਦੇਣ ਤਾਂ ਅਸੀਂ ਇਹ ਜ਼ਮੀਨ ਖਰੀਦਣੀ ਹੈ ਤਾਂ ਨਹੀਂ। ਅਤੇ ਉਸ ਪਰਮਾਤਮਾ ਦੀ ਬੜੀ ਮਿਹਰ ਹੋਈ, ਅਸੀਂ ਪ੍ਰਾਈਸ ਵੀ ਦੱਸ ਦਿੱਤੀ ਜਿੰਨੀ ਤੁਸੀਂ ਮੰਗਦੇ ਉੱਨੀ ਨਹੀਂ ਦੇ ਸਕਦੇ ਹਾਂ, ਤੋਂ ਜ਼ਿਆਦਾ ਅਸੀਂ ਜੇ ਕਰ ਸਕਦੇ ਹਾਂ, ਜੇ ਜ਼ਿਆਦਾ ਤੋਂ ਜ਼ਿਆਦਾ 2,000 ਹੋਰ ਕਰ ਸਕਦੇ ਹਾਂ, ਮਤਲਬ 18,500। ਉਹਨੇ ਸਾਨੂੰ ਜਿਹੜੀ 30-32,000 ਦੀ ਜ਼ਮੀਨ ਸੀ ਉਹ ਸਾਨੂੰ 22,500 'ਚ ਦੇ ਦਿੱਤੀ, ਔਰ ਉਹਨੇ ਸਾਨੂੰ ਭਰੋਸਾ ਦਵਾਇਆ ਵੀ ਤੁਸੀਂ ਗੁਰਦੁਆਰਾ ਬਣਾ ਸਕਦੇ ਹਾਂ। ਪਰ ਜਦੋਂ ਸਾਰਾ ਕੁਛ ਹੋ ਗਿਆ ਬਾਅਦ 'ਚ ਸਾਨੂੰ ਪਤਾ ਲੱਗਾ ਉਹ ਤਾਂ ਕੈਂਸਰ ਸੀ ਜਿਹਦਾ ਜਾਚਵਾ। ਅਤੇ ਚਲੋ ਮੈਂ ਇਹੀ ਤੁਹਾਨੂੰ ਪੁੱਛ ਰਿਹਾ ਸੀਗਾ ਕਿ 2 ਗੁਰਦੁਆਰੇ ਅੱਜ ਕੈਂਸਰ ਵਿੱਚ ਹੈਗੇ, ਇੱਕ ਛੋਟੀ ਜਿਹੀ ਕਮਿਊਨਿਟੀ, ਤੁਸੀਂ ਜਦੋਂ ਆਏ ਸੀਗੇ 1-2 ਫੈਮਲੀਆਂ ਸੀਗੀਆਂ, ਅੱਜ ਕੈਂਸਰ ਵਿੱਚ ਇੰਨੀ ਜ਼ਿਆਦਾ ਫੈਮਲੀਆਂ, ਸਿੱਖ ਫੈਮਲੀਆਂ ਪੰਜਾਬ ਤੋਂ ਆ ਚੁੱਕੀਆਂ, ਅਤੇ ਤੁਹਾਨੂੰ ਕੀ ਲੱਗ ਰਿਹਾ ਉਹ ਉਸ ਵਕਤ ਦਾ ਸਮਾਂ ਅਤੇ ਅੱਜ ਦਾ ਸਮਾਂ ਕਿੰਨਾ ਕੁ ਬਦਲਿਆ ਹੋਇਆ ਹੈ? ਅੱਜ ਦਾ ਸਮਾਂ ਬਹੁਤ ਅੱਗੇ ਆ। ਜਿਸ ਵੇਲੇ ਅਸੀਂ ਇੱਥੇ ਰਹਿੰਦੇ ਸੀ ਅਸੀਂ ਚਿੱਠੀ ਪਾਉਣੀ ਤਾਂ 6 ਮਹੀਨਿਆਂ 'ਚ ਇੱਕ ਚਿੱਠੀ ਦਾ ਜਵਾਬ ਵਾਪਸ ਆਉਂਦਾ ਸੀ। ਹੁਣ ਤਾਂ ਤੁਸੀਂ ਸਕਿੰਟ ਲਾ ਤੁਹਾਡੇ ਮੂਹਰੇ ਫੋਟੋ ਵੀ ਆ ਜਾਂਦਾ, ਉਸ ਵੇਲੇ ਦਾ ਤਾਂ ਹੁਣ ਦਾ ਇੰਨਾ ਫਰਕ ਆ ਕਿ ਕਈ ਵਾਰੀ ਚਿੱਠੀ ਲਿਖੀ ਹੋਣੀ, ਚਿੱਠੀ ਪਹੁੰਚਣੀ ਅਤੇ ਪਤਾ ਲੱਗਣਾ ਵੀ ਉਹਨੇ ਲਿਖਣਾ ਤੁਹਾਡਾ ਇਹ ਬਜ਼ੁਰਗ ਜਾਂ ਆਹ ਮਾਤਾ ਇਸ ਦੁਨੀਆਂ 'ਤੇ ਨਹੀਂ ਰਹੀ, ਤਾਂ ਉਹ ਵੀ 6 ਮਹੀਨਿਆਂ ਬਾਅਦ ਪਤਾ ਲੱਗਦਾ ਸੀਗਾ। ਅਤੇ ਸਾਧਨ ਚਿੱਠੀ ਲਿਖਦਿਆਂ ਲਿਖਦਿਆਂ 3 ਮਹੀਨੇ ਹੋਰ ਲੰਘ ਜਾਣੇ, ਸਾਲ ਬਾਅਦ ਉਹਦਾ ਅਫਸੋਸ ਕੀਤਾ ਜਾਂਦਾ ਸਾ। ਮੈਂ ਇੱਕ ਸਵਾਲ ਤੁਹਾਨੂੰ ਹੋਰ ਪੁੱਛਾਂਗਾ, ਇਸ ਉਮਰ ਵਿੱਚ ਵੀ ਤੁਸੀਂ ਗੁਰਦੁਆਰੇ ਦੀ ਸੇਵਾ ਨਹੀਂ ਛੱਡੀ? ਮੈਂ ਆਪੋ ਦੇਖਿਆ ਕੱਲ੍ਹ ਵੀ ਜਦੋਂ ਸੰਡੇ ਸੀਗਾ, ਤੜਕੇ ਸਵੇਰੇ ਤੁਸੀਂ ਗੁਰਦੁਆਰੇ ਪਹੁੰਚ ਜਾਂਦੇ ਹੋ, ਉੱਥੇ ਚਾਹੇ ਲੰਗਰ ਦੀ ਸੇਵਾ ਹੋਵੇ ਚਾਹੇ ਬਾਕੀ ਸੇਵਾ ਹੋਣ, ਉਹ ਤੁਸੀਂ ਕਰਦੇ, ਇੰਨੀ ਐਨਰਜੀ ਕਿੱਥੋਂ ਆਉਂਦੀ ਹੈ? ਉੱਪਰ ਵਾਲਾ ਬੜਾ ਬਿਆਨ ਤਾਂ ਉਹ ਤੁਸੀਂ ਉਹਦੇ 'ਤੇ ਭਰੋਸਾ ਰੱਖੋ, ਕੰਮ ਤੁਹਾਡਾ ਆਪਣੇ ਆਪ ਹੋ ਜਾਂਦਾ। ਐਸੀ ਪਰਮਾਤਮਾ ਦੀ ਮਿਹਰ ਆ ਕਿ ਜਿਹੜਾ ਸਨਿਚਰ ਅਤੇ ਐਤਵਾਰ ਵਾ ਉਹਨੂੰ ਉਸ ਦਿਨ ਤਾਂ ਪਤਾ ਨਹੀਂ ਐਨਰਜੀ ਆਉਂਦੀ ਕਿੱਥੋਂ, ਅਤੇ ਐਟਲੀਸਟ ਅਸੀਂ ਮੈਂ ਤਕਰੀਬਨ ਲਾਸਟ 30 ਈਅਰ ਤੋਂ ਗੁਰਦੁਆਰੇ ਦੀ ਸੇਵਾ ਕਰ ਰਿਹਾ। ਪਹਿਲੇ 1 ਗੁਰਦੁਆਰਾ ਸਾਂ, ਹੁਣ 2 ਗੁਰਦੁਆਰੇ 'ਚ ਹਾਂ। ਤਕਰੀਬਨ ਐਵਰੀ ਸੰਡੇ, ਜੇ ਮੈਂ ਕੈਂਸਰ ਸਿਟੀ ਦੇ ਵਿੱਚ ਹਾਂ, ਮੇਰਾ ਸੰਡੇ ਅਤੇ ਸੈਚਰਡੇ ਗੁਰਦੁਆਰੇ ਦਾ ਆ। ਇਹ ਪੱਕਾ ਘਰ ਦਾ ਕੋਈ ਕੰਮ ਹੋਵੇ ਉਹਨੂੰ ਤਾਂ ਟਾਈਮ ਲੱਗ ਸਕਦਾ, ਪਰ ਗੁਰੂ ਘਰ ਦੇ ਕੰਮ ਨੂੰ ਨਹੀਂ ਟਾਈਮ, ਉਹ ਪਹਿਲਾਂ। ਇੱਕ ਹੋਰ ਚੀਜ਼ ਮੈਂ ਤੁਹਾਨੂੰ ਪੁੱਛਾਂਗਾ ਇੰਡੀਆ ਦੇ ਬਾਰੇ, ਤੁਸੀਂ ਹਰ ਸਾਲ ਇੰਡੀਆ ਜਾ ਰਹੇ ਹੋ, ਪਿਛਲੇ ਕਈ ਸਾਲਾਂ ਤੋਂ ਜਾ ਰਹੇ ਹੋ, ਉੱਥੇ ਦੇ ਜਿਹੜਾ ਲੋਕਾਂ ਨਾਲ ਤੁਸੀਂ ਕਨੈਕਟ ਕਿਸ ਤਰ੍ਹਾਂ ਬਣਾ ਕੇ ਰੱਖਿਆ ਹੋਇਆ, ਕਿਉਂਕਿ ਤੁਹਾਡਾ ਘਰ ਇਸ ਵਕਤ ਕਾਮੇ ਵੀ ਹੈਗਾ, ਹਰ ਸਾਲ ਤੁਸੀਂ ਜਾ ਕੇ ਉੱਥੇ ਅੱਖਾਂ ਦੇ ਲੋਕਾਂ ਦੇ ਆਪਰੇਸ਼ਨ ਵੀ ਕਰਾਉਂਦੇ ਹੋ, ਅਤੇ ਕਿੰਨੇ ਕੁ ਲੋਕਾਂ ਦੀ ਇਸ ਵਕਤ ਤੱਕ ਤੁਸੀਂ ਸੇਵਾ ਕਰ ਚੁੱਕੇ ਹੋ, ਅਤੇ ਇਹ ਖਿਆਲ ਕਿਸ ਤਰ੍ਹਾਂ ਆਇਆ ਕਿ ਅਸੀਂ ਪੰਜਾਬ ਜਿੱਥੋਂ ਅਸੀਂ ਉੱਠ ਕੇ ਆਏ ਹੋਏ ਹਾਂ ਉੱਥੇ ਦੇ ਲੋਕਾਂ ਦੀ ਸੇਵਾ ਕੀਤੀ ਜਾਏ? ਦੇਖੋ ਮੇਰੇ ਪਿਤਾ ਜੀ ਤਕਰੀਬਨ 1954 ਦੇ ਵਿੱਚ ਪਿੰਡ ਦੇ ਸਰਪੰਚ ਬਣੇ,
ਔਰ ਉਹ ਕਾਮੇ ਵਿੱਚ ਜੀ, ਤੇ ਉਹ ਤਕਰੀਬਨ ਸਾਰੀ ਉਮਰ ਹੀ ਉਹਨਾਂ ਦੀ ਪੰਚਾਇਤ 'ਚ ਲੰਘ ਗਈ। ਅਤੇ ਉਹਨਾਂ ਦੀ ਇੱਕ ਖੁਆਇਸ਼ ਸੀਗੀ ਬਈ ਜਿਹੜੇ ਗਰੀਬ ਆਦਮੀ ਆ ਉਹ ਆਪ ਖੁਦ ਕਰਦੇ ਹੁੰਦੇ ਸੀ। ਅਸੀਂ ਦੇਖਦੇ ਸੀ ਕਿਸੇ ਦੀ ਮੈਰਿਜ ਆ, ਉਹ ਆਪਣੇ ਬੱਚੀ ਦਾ ਵਿਆਹ ਕਰਨ ਲੱਗੇ ਆ, ਉਹਨਾਂ ਦੇ ਪ੍ਰਬੰਧ ਨਹੀਂ ਹੋ ਰਿਹਾ ਖਾਣੇ ਦਾ, ਉਹ ਕਹਿੰਦੇ ਸੀ ਜਾਓ ਹੋ ਗਿਆ। ਅਤੇ ਸਾਨੂੰ ਤਾਂ ਜੁਲਗਾ ਕੋਲੋਂ ਪ੍ਰੇਰਨਾ ਹੁੰਦੀ ਆ ਨਾ, ਅਤੇ ਪ੍ਰੇਰਨਾ ਦੇ ਵਿੱਚ ਇਹ ਸੀਗਾ ਵੀ ਜੇ ਕੋਈ ਬਿਮਾਰ ਹੋ ਗਿਆ ਪਿਤਾ ਜੀ ਉਹਨਾਂ ਨੂੰ ਪੈਸੇ ਦੇ ਦਿੰਦੇ, ਜਾਓ ਡਾਕਟਰ ਨੂੰ ਦੇਖ ਕੇ ਆਓ। ਅਤੇ ਹੁਣ ਇੱਕ ਇਹੀ ਚੀਜ਼ ਸੀਗੀ ਬਈ ਜਦੋਂ ਮੈਂ ਜਾਂਦਾ ਸਾ, ਮੇਰੇ ਪੇਰੈਂਟਸ, ਮੇਰੀ ਮਾਤਾ ਜੀ ਦੀ ਡੈਥ ਇੰਗਲੈਂਡ ਦੇ ਵਿੱਚ ਹੋਈ 1970 'ਚ ਹੋ ਗਈ। ਉਹ ਤੋਂ ਬਾਅਦ ਮੇਰੇ ਪਿਤਾ ਜੀ ਮੈਨੂੰ ਛੱਡ ਕੇ ਇੰਡੀਆ ਚਲੇ ਗਏ 71 ਵਿੱਚ, ਅਤੇ ਉੱਥੇ ਉਹ 88 ਤੱਕ ਰਹੇ ਆ ਜੀ। 88 ਤੋਂ ਬਾਅਦ ਜਦੋਂ ਮੈਂ ਜਾਣਾ ਸ਼ੁਰੂ ਕੀਤਾ, ਮੇਰੇ ਪਾਸ ਵੀ ਜੋ ਲੋਕ ਉਹਨਾਂ ਕੋਲ ਆਉਂਦੇ ਸੀ ਉਸੇ ਤਰ੍ਹਾਂ ਮੇਰੇ ਕੋਲ ਵੀ ਆਉਂਦੇ ਸੀ, ਭਾਵੇਂ ਮੈਂ 1 ਮਹੀਨਾ ਰਹਿੰਦਾ ਸਾ, 2 ਮਹੀਨੇ ਰਹਿੰਦਾ ਸਾ। ਅਤੇ ਅਸੀਂ ਫਿਰ ਇਹ ਕੀਤਾ ਵੀ ਆਪਾਂ ਅੱਖਾਂ ਦਾ ਕੈਂਪ ਲਾਇਆ ਕਰੀਏ, ਜਿਹਦੇ ਵਿੱਚ ਜਿਹੜਾ ਕੋਈ ਗਰੀਬ ਹੋਊਗਾ ਉਹਦੀ ਅੱਖ ਅਸੀਂ ਬਣਾ ਕੇ ਦੇਵਾਂਗੇ, ਉਹਨੂੰ ਐਨਕ ਵੀ ਲੈ ਕੇ ਦੇਵਾਂਗੇ, ਦਵਾਈ ਵੀ ਦੇਵਾਂਗੇ। ਹਰੇਕ ਸਾਲ ਜਾਂਦੇ ਸੀਗੇ, ਇਹ ਕੈਂਪ ਲਾਉਂਦੇ ਸੀ, ਕੋਈ ਤਕਰੀਬਨ ਰਫਲੀ ਮੈਂ ਕਹਿੰਦਾ 60 ਕੁ ਆਦਮੀ ਦੀਆਂ ਸਰਜਰੀਆਂ ਕਰਵਾਉਂਦਾ ਸਾ। ਓਕੇ, ਅਤੇ ਅੱਜ ਵੀ ਕਈ ਲੋਕ ਐਸੇ ਨੇ ਜਿਹੜੇ ਤੁਸੀਂ ਬੇਸ਼ੱਕ ਇੱਥੇ ਅਮੈਰੀਕਾ ਵਿੱਚ ਹੋ, ਲੇਕਿਨ ਤੁਸੀਂ ਡਾਕਟਰਸ ਨੂੰ ਕਹਿ ਕੇ ਰੱਖਿਆ ਕਿ ਇਹਨਾਂ ਦੀ ਸਰਜਰੀ ਕਰਾਓ। ਹਾਂਜੀ, ਉਹਨਾਂ ਨੂੰ ਮੈਂ ਇੱਥੋਂ ਡਾਕਟਰ ਦਾ ਟੈਲੀਫੋਨ ਦੇ ਦਿੰਦਾ, ਉਹ ਤੁਹਾਨੂੰ ਅਪਰੋਚ ਕਰਦੇ ਨੇ? ਅਪਰੋਚ ਕਰਦੇ ਨੇ, ਸਾਡੀ ਬੱਚੀ ਹੈਗੀ ਜਿਹੜੀ ਮੇਰੇ ਘਰ 'ਚ ਰਹਿੰਦੀ ਆ, ਉਹਨੂੰ ਅਪਰੋਚ ਕਰਦੇ, ਉਹ ਮੈਨੂੰ ਕਾਲ ਕਰਦੀ ਆ, ਅਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਵੀ ਤੁਸੀਂ ਡਾਕਟਰ 'ਤੇ ਭੇਜ ਦਿਓ, ਅਤੇ ਮੈਂ ਆਪੇ ਉਹਨਾਂ ਨਾਲ ਕਰ ਲਵਾਂਗਾ। ਉਹ ਜਾਂਦੇ ਆ, ਜਾ ਕੇ ਦੱਸ ਦਿੰਦੇ ਆ, ਸਾਨੂੰ ਨਹੀਂ ਭੇਜਿਆ ਜੀ, ਅਤੇ ਅਸੀਂ ਅੱਖ ਦਿਖਾ ਲੈਣ ਆਏ ਹਾਂ। ਉਹ ਟਾਈਮ ਦੇ ਦਿੰਦਾ, ਅੱਖ ਬਣਾ ਦਿੰਦਾ, ਬਿੱਲ ਸਾਨੂੰ ਆ ਜਾਂਦਾ, ਅਸੀਂ ਭੇਜ ਦੇਈਦੇ ਆ। ਤੁਹਾਡੀ ਜੀਵਨ ਸਾਥੀ ਦਰਸ਼ਨ ਕੌਰ ਡੁਲਕੂ ਜੀ ਸਾਡੇ ਨਾਲ ਹਨ। ਤੁਹਾਨੂੰ ਪੁੱਛਾਂਗਾ ਕਿ ਜਿਹੜਾ ਡੁਲਕੂ ਸਾਹਿਬ ਨੇ ਇੰਨਾ ਸਟਰਗਲ ਕੀਤਾ, ਫਿਰ ਆਪਣੀ ਇੱਕ ਮੁਕਾਮ ਬਣਾਇਆ, ਤੁਸੀਂ ਕਿਉਂਕਿ ਕਹਿੰਦੇ ਕਿ ਹਰ ਇੱਕ ਕਾਮਯਾਬ ਆਦਮੀ ਦੇ ਪਿੱਛੇ ਇੱਕ ਔਰਤ ਹੁੰਦੀ ਹੈ, ਤੁਹਾਨੂੰ ਕਿਸ ਤਰ੍ਹਾਂ ਦੇ ਚੈਲੰਜ ਫੇਸ ਕਰਨੇ ਪਏ ਸੀਗੇ ਜਦੋਂ ਇਹਨਾਂ ਨੇ ਇੰਨਾ ਸਟਰਗਲ ਕੀਤਾ, ਕਮਿਊਨਿਟੀ ਨੂੰ ਇਕੱਠਾ ਕੀਤਾ, ਅਤੇ ਅੱਜ ਤੁਸੀਂ ਅਗਰ ਪਿੱਛੇ ਦੇਖਦੇ ਹੋ ਤਾਂ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ? ਉਹ ਤਾਂ ਜੀ ਹੌਲੀ ਹੌਲੀ ਸਾਨੂੰ ਹੈਲਪ ਕਰਨੀ ਪੈਂਦੀ ਹੈ, ਆਪਣੀ ਫੈਮਿਲੀ ਦੇ ਨਾਲ ਨਾਲ ਸਾਰੇ ਕੰਮ ਕਰਦਿਆਂ ਕਰਦਿਆਂ ਕਮਿਊਨਿਟੀ ਵੀ ਚਲਾਉਣੀ ਪੈਂਦੀ ਹੈ, ਸੋ ਚੱਲਦਾ ਰਿਹਾ। ਅਤੇ ਜਦੋਂ ਲੋਕ ਇੰਨੀ ਰਿਸਪੈਕਟ ਦਿੰਦੇ ਹਨ, ਕਿਉਂਕਿ ਮੈਂ ਦੇਖਿਆ ਕਿ KU ਦੇ ਵਿੱਚ ਜਿਹੜੇ ਬੱਚੇ ਆਉਂਦੇ ਹਨ, ਕਈ ਤਾਂ ਤੁਹਾਨੂੰ ਮਾਤਾ ਜੀ ਕਹਿ ਕੇ ਹੀ ਬੁਲਾਉਂਦੇ ਹਨ, ਡੁਲਕੂ ਸਾਹਿਬ ਨੂੰ ਪਿਤਾ ਜੀ ਕਹਿ ਕੇ ਬੁਲਾਉਂਦੇ ਹਨ, ਅਤੇ ਉਹ ਉਸ ਵਕਤ ਕੈਸੀ ਫੀਲਿੰਗ ਆਉਂਦੀ ਹੈ ਕਿ ਇੱਕ ਬੱਚਾ ਜਿਹੜਾ ਕਿਤੇ ਸਾਊਥ ਇੰਡੀਆ 'ਚ ਪੈਦਾ ਹੋਇਆ, ਜਿਹਨੂੰ ਤੁਸੀਂ ਕਦੀ ਮਿਲੇ ਨਹੀਂ, ਉਹ ਤੁਹਾਨੂੰ ਇੰਨੀ ਇੱਜ਼ਤ ਦੇ ਰਿਹਾ? ਉਹ ਜੀ ਬੱਚੇ ਜਿੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਪਾਲਦੇ ਆ, ਉਸੇ ਤਰ੍ਹਾਂ ਬੱਚੇ ਆਉਂਦੇ ਆ, ਉਹਨਾਂ ਨੂੰ ਹੈਲਪ ਚਾਹੀਦੀ ਆ, ਉਹਨਾਂ ਨੂੰ ਜੋ ਵੀ ਚਾਹੀਦਾ ਹੁੰਦਾ ਉਹ ਦੱਸ ਦਿੰਦੇ ਆ, ਉਸੇ ਤਰ੍ਹਾਂ ਉਹਨਾਂ ਨੂੰ ਬਣਾ ਕੇ ਦੇ ਦੇਈਦਾ, ਖਾਣਾ ਵੀ ਦੇ ਦੇਈਦਾ, ਜੋ ਵੀ ਚਾਹੀਦਾ ਹੋਵੇ ਹੈਲਪ। ਪਿਛਲੇ 50 ਸਾਲ ਤੋਂ ਇਸ ਫੈਮਿਲੀ ਨੇ ਆਪਣੇ ਜਿਹੜੇ ਰੂਟਸ ਹੈਗੇ ਉਹ ਨਹੀਂ ਛੱਡੇ। ਪੰਜਾਬ ਹੋਵੇ ਚਾਹੇ ਹਿੰਦੁਸਤਾਨ ਦੇ ਕਿਸੇ ਵੀ ਇਲਾਕੇ ਤੋਂ ਅਗਰ ਕੋਈ ਸਟੂਡੈਂਟ ਇੱਥੇ ਆਉਂਦਾ ਹੈ, ਉਹ ਪਹਿਲੇ ਕਰਨੈਲ ਸਿੰਘ ਡੁਲਕੂ ਦੇ ਘਰ ਦਾ ਐਡਰੈਸ ਪੁੱਛਦਾ ਹੈ, ਤਾਂ ਕਿ ਕੋਈ ਵੀ ਅਗਰ ਉਹਨਾਂ ਨੂੰ ਮਦਦ ਦੀ ਲੋੜ ਪੈਂਦੀ ਹੈ ਤਾਂ ਪਹਿਲੇ ਆ ਕੇ ਇਹਨਾਂ ਨਾਲ ਡਿਸਕਸ ਕਰ ਦੇਣ। 50 ਸਾਲ ਤੋਂ ਪੂਰੀ ਕਮਿਊਨਿਟੀ ਨੂੰ ਮਿਡਵੈਸਟ ਇਲਾਕਾ, ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਮਿਡਵੈਸਟ ਇਲਾਕੇ ਵਿੱਚ ਇਕੱਠੇ ਰੱਖਣ ਦਾ ਅਗਰ ਕੋਈ ਇੱਕ ਐਗਜ਼ੈਂਪਲ ਦਿੱਤੀ ਜਾਏ, ਇੱਕ ਨਾਂ ਲਿਆ ਜਾਏ, ਤਾਂ ਉਹ ਕਰਨੈਲ ਸਿੰਘ ਡੁਲਕੂ ਹੈ। ਇਹਨਾਂ ਨੇ ਕਮਿਊਨਿਟੀ ਨੂੰ ਉਸ ਮੌਕੇ ਤੋਂ ਫੜਿਆ ਸੀਗਾ ਜਦੋਂ ਇੱਥੇ ਹਾਰਡਲੀ 3 ਜਾਂ 4 ਘਰ ਹੁੰਦੇ ਸੀ,
ਅੱਜ ਮਿਡ ਵੈਸਟ ਦੇ ਵਿੱਚ ਕਮਿਊਨਿਟੀ ਇੰਨੀ ਫੈਲ ਚੁੱਕੀ ਹੈ ਕਿ ਦੋ ਦੋ ਗੁਰਦੁਆਰਿਆਂ ਦੀ ਲੋੜ ਪੈ ਚੁੱਕੀ ਹੈ। ਇੱਕ ਗੁਰਦੁਆਰੇ ਦੀ ਥਾਂ ਘੱਟ ਹੋ ਰਹੀ ਸੀ, ਦੂਜਾ ਗੁਰਦੁਆਰਾ ਬਣ ਗਿਆ, ਅਤੇ ਹੋਰ ਵੀ ਜਿਸ ਤਰ੍ਹਾਂ ਪੰਜਾਬ ਤੋਂ ਜਾਂ ਹਿੰਦੁਸਤਾਨ ਦੇ ਅਲੱਗ ਅਲੱਗ ਇਲਾਕੇ ਤੋਂ ਕਮਿਊਨਿਟੀ ਇੱਥੇ ਆ ਰਹੀ ਹੈ, ਕਾਫੀ ਐਕਸਪੈਂਡ ਹੋ ਰਹੀ ਹੈ। ਲੇਕਿਨ ਜਿਹੜਾ ਵੀ ਕੋਈ ਪਹਿਲੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਮਿਡ ਵੈਸਟ ਦੇ ਕੈਂਸਸ ਇਲਾਕੇ 'ਚ ਆਉਂਦਾ ਹੈ, ਪਹਿਲੇ ਉਹ ਕਰਨੈਲ ਸਿੰਘ ਡੁਲਕੂ ਦੇ ਘਰ ਦੇ ਬਾਰੇ ਪੁੱਛਦਾ ਹੈ। ਨਿਊਜ਼ 18 ਪੰਜਾਬ ਲਈ ਮੈਂ ਤੇਜਿੰਦਰ ਸਿੰਘ ਸੋਢੀ।